ਮਾਸਟਰ ਕੈਡਰ ਯੂਨੀਅਨ ਚੈਨਲ ਦਿਖ ਰਹੇ ਸਾਰੇ ਹੀ ਦੋਸਤਾਂ ਦਾ ਚੈਨਲ ਤੇ ਸਵਾਗਤ ਹੈ ਵੀਡੀਓ ਚ ਗੱਲਬਾਤ ਕਰਾਂਗੇ ਮਾਸਟਰ ਕੈਡਰ 41 ਕਟ ਭਰਤੀ ਨਾਲ ਸੰਬੰਧਿਤ ਜੋ ਪਿਛਲੇ ਦਿਨ ਇੱਕ ਕੋਰਟ ਕੇਸ ਹੋਇਆ ਸੀ ਇਹਦੇ ਸੰਬੰਧ ਦੇ ਵਿੱਚ ਅੱਜ ਆਪਾਂ ਸਵੇਰੇ ਵੀ ਇੱਕ ਵੀਡੀਓ ਪਾ ਕੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਸੀ ਕਿ ਇਸ ਕੋਰਟ ਕੇਸ ਦੀ ਜਿਹੜੀ ਸੁਣਵਾਈ ਹੈ ਉਹ ਅੱਜ ਯਾਨੀ ਕਿ 18 ਮਈ ਨੂੰ ਹੋਣੀ ਹੈ ਤਾਂ ਜਿਹੜੀ ਸੁਣਵਾਈ ਹੈ ਕੋਰਟ ਕੇਸ ਦੀ ਉਹ ਹੋ ਚੁੱਕੀ ਹੈ ਇਹਦੇ ਸੰਬੰਧ ਦੇ ਵਿੱਚ ਪੂਰੀ ਡਿਟੇਲ ਹੈ ਜਿਹੜੀ ਆਪਣੇ ਕੋਲੇ ਪਹੁੰਚ ਚੁੱਕੀ ਹੈ ਆਪਾਂ ਇਸ ਵੀਡੀਓ ਚ ਇਸ ਡਿਟੇਲ ਬਾਰੇ ਸਾਰੀ ਗੱਲਬਾਤ ਕਰਾਂਗੇ ਕਿ ਕੋਰਟ ਕੇਸ ਦੀ ਸੁਣਵਾਈਏ ਜਿਹੜੀ ਉਹ ਕਿਵੇਂ ਹੋਈ ਕੀ ਫੈਸਲਾ ਹੋਇਆ ਜਾਂ ਕੋਈ ਨੈਕਸਟ ਡੇਟ ਮਿਲੀ ਹੈ ਤੁਸੀਂ ਵੀਡੀਓ ਨੂੰ ਲਾਸਟ ਤੱਕ ਬਿਨਾਂ ਸਕਿੱਪ ਕੀਤੇ ਧਿਆਨ ਨਾਲ ਸੁਣਨਾ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਕਿਉਂਕਿ ਬਹੁਤ ਸਾਰੇ ਸਾਥੀ ਇਦਾਂ ਦੇ ਹੁੰਦੇ ਨੇ ਜਿਹੜੇ ਇਨਫੋਰਮੇਸ਼ਨ ਵੀ ਲੈ ਜਾਂਦੇ ਆ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਅਸੀਂ ਤੁਹਾਡੇ ਲਈ ਇੰਨੀ ਜ਼ਿਆਦਾ ਮੈਂਤ ਕਰਕੇ ਇਨਫੋਰਮੇਸ਼ਨ ਜਿਹੜੀ ਲੈ ਕੇ ਆਉਂਨੇ ਆ ਤੁਹਾਡਾ ਵੀ ਫਰਜ਼ ਬਣਦਾ ਕਿ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰਦੇ ਹੋ ਤੇ ਨਾਲ ਹੀ ਟੈਲੀਗ੍ਰਾਮ ਦਾ ਇੱਕ ਗਰੁੱਪ ਦਾ ਲਿੰਕ ਅਸੀਂ ਕਮੈਂਟ ਬਾਕਸ ਵਿੱਚ ਦੇਵਾਂਗੇ ਤੁਸੀਂ ਉਸ ਲਿੰਕ ਨੂੰ ਵੀ ਜੁਆਇਨ ਕਰ ਲਿਓ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਕਿ ਕੋਰਟ ਕੇਸ ਜਿਹੜਾ ਸਾਇੰਸ ਵਿਸ਼ੇ ਨਾਲ ਸੰਬੰਧਿਤ ਹੈ ਉਸ ਕੋਰਟ ਕੇਸ ਦੀ ਜਿਹੜੀ ਸੁਣਵਾਈ ਉਹ ਅੱਜ ਹੋਣੀ ਸੀ ਕਿਉਂਕਿ ਨਵੇਂ ਸਬਜੈਕਟ ਨਵੇਂ ਕੈਂਡੀਡੇਟਸ ਦੀ ਜਿਹੜੀ ਜੁਆਇਨਿੰਗ ਤੇ ਉਹ ਰੋਕ ਲਾ ਦਿੱਤੀ ਗਈ ਸੀ 18 ਤਰੀਕ ਤੱਕ ਤਾਂ ਅੱਜ ਇਸ ਕੋਰਟ ਕੇਸ ਦੀ ਜਿਹੜੀ ਸੁਣਵਾਈ ਹੋਈ ਤਾਂ ਉਸ ਸੁਣਵਾਈ ਦੇ ਦੌਰਾਨ ਜੱਜ ਸਾਹਿਬ ਵੱਲੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸੀ ਡਬਲਯੂ ਪੀ 10133 ਨੰਬਰ ਜਿਹੜਾ ਇਹ ਕੋਰਟ ਕੇਸ ਹੈ ਅਨੁਪਮ ਵਰਸਸ ਸਟੇਟ ਆਫ ਪੰਜਾਬ ਐਂਡ ਆਦਰਸ ਤਾਂ ਇਸ ਕੋਰਟ ਕੇਸ ਦੀ ਜਿਹੜੀ ਨੈਕਸਟ ਡੇਟ ਹੈ ਜੱਜ ਸਾਹਿਬ ਵੱਲੋਂ ਉਹ 24 5 2023 ਯਾਨੀ ਕਿ 24 ਮਈ 2023 ਦੀ ਨੈਕਸਟ ਜਿਹੜੀ ਡੇਟ ਆ ਉਹ ਦੇ ਦਿੱਤੀ ਗਈ ਹੈ 6 ਦਿਨ ਦਾ ਸਮਾਂ ਜਿਹੜਾ ਹੋਰ ਜਿਹੜਾ ਦਿੱਤਾ ਗਿਆ ਹੈ ਹਾਈ ਕੋਰਟ ਵੱਲੋਂ ਤਾਂ ਹੁਣ ਇਹਦੀ ਜਿਹੜੀ ਨੈਕਸਸ ਸੁਣਵਾਈ ਹੈ ਉਹ 24 ਤਰੀਕ ਨੂੰ ਹੋਣੀ ਹੈ। ਬਾਕੀ ਇਹਦੇ ਸਬੰਧ ਦੇ ਵਿੱਚ ਜਿਹੜੇ ਅੱਜ ਦੇ ਕੋਈ ਆਰਡਰ ਨੇ ਸੁਣਵਾਈ ਦੇ ਵਿੱਚ ਕੀ ਗੱਲਬਾਤ ਹੋਈ ਜਾਂ ਜਿਹੜੇ ਹੁਣ ਨਵੇਂ ਕੈਂਡੀਡੇਟਸ ਜੁਆਇਨਿੰਗ ਲਈ ਕੀ ਔਰ ਜਰਨੀ ਕਰਾ ਸਕਦੇ ਨੇ ਜਾਂ ਨਹੀਂ ਕਰਾ ਸਕਦੇ ਇਹਦੇ ਸਬੰਧ ਦੇ ਵਿੱਚ ਕੋਈ ਵੀ ਆਰਡਰ ਜੇਕਰ ਆਪਣੇ ਕੋਲੇ ਆਉਂਦੇ ਨੇ ਤਾਂ ਉਹਦੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਪਾ ਕੇ ਸਾਰੀ ਜਾਣਕਾਰੀ ਦੇ ਦਾਂਗੇ। ਤੁਸੀਂ ਚੈਨਲ ਤੇ ਬਣੇ ਰਹੋ ਜਦੋਂ ਵੀ ਇਸ ਕੋਰਟ ਕੇ ਉਤੇ ਸਬੰਧ ਦੇ ਵਿੱਚ ਨਵੀਂ ਕੋਈ ਵੀ ਅਪਡੇਟ ਆਪਣੇ ਕੋਲੇ ਅੰਦਰ ਆਉਂਦੀ ਹੈ ਤਾਂ ਆਪਾਂ ਸਾਰੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰ ਦਾਂਗੇ। ਚੈਨਲ ਤੇ ਬਣੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਕੋਰਟ ਕੇਸ ਦੀ ਸੁਣਵਾਈ ਜਿਹੜੀ ਹੁਣ 24 5 2023 ਨੈਕਸਟ ਡੇਟ ਪੈ ਚੁੱਕੀ ਹੈ ਅੱਜ ਤਹੇ ਤੇ ਕੋਈ ਵੀ ਫੈਸਲਾ ਨਹੀਂ ਆਇਆ ਤਾਂ ਹੁਣ ਦੇਖਦੇ ਹਾਂ ਕਿ 24 ਤਰੀਕ ਨੂੰ ਕੀ ਹੈ ਤੇ ਫੈਸਲਾ ਹੁੰਦਾ ਹੈ ਜਾਂ ਕੋਈ ਨੈਕਸਟ ਸੁਣਵਾਈ ਹੁੰਦੀ ਹੈ ਜਾਂ ਜਿਹੜੇ ਸਾਥੀਆਂ ਨੂੰ ਜੁਆਇਨਿੰਗ ਤੋਂ ਰੋਕਿਆ ਗਿਆ ਸੀ ਕੀ ਉਹਨਾਂ ਦੀ ਜੁਆਇਨਿੰਗ ਹੁਣ ਹੋਊਗੀ ਜਾਂ ਨਹੀਂ ਹੋਊਗੀ ਇਸ ਦੇ ਸਬੰਧ ਵਿੱਚ ਕੋਈ ਵੀ ਅਪਡੇਟ ਆਊਗੀ ਆਪਾਂ ਤੁਹਾਡਾਂ ਨਾਲ ਸਾਂਝੀ ਕਰ ਦਾਂਗੇ ਫਿਲਹਾਲ ਦੇ ਲਈ ਇਹੀ ਅਪਡੇਟ ਸੀਗੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਥੈਂਕ ਯੂ ਸੋ ਮੱਚ